चलो सर सर मेरा बस चलो प्लीज देखो टेम्पू भी मार गया सो जे के 01-2-43-01 नंबर है जरा ट्रक का ट्रक पूरा फड़िया होया सो रोक लग रहा कि जो तस्करी हो रही मैं अपने रेस्टोरेंट से बैठा सी। अच्छा जी उत्थे देखिया ट्रक दे नाल काफी ज्यादा हलगला हो रहा सी जी जी जदों देखिया कि मतलब कोई ऐदा दा माड़ी घटना ना हो जाए जी अपने आप नूं जोखम च पा के जी कोई 200-300 बंदे दे विच जा के जी जी उत्थों इंस्पेक्टर साहब भी आ गए जी पता लगा जी गऊ मास आ। अच्छा जी गऊ मास कोई छोटी चीज नहीं है जी बहुत वड्डी चीज है जी ठीक है उहदे लई सारे बंदियां नूं कंट्रोल च डिवीजन नंबर 8 तों साडे जिहड़े भरा सीगे ठीक है जिहड़े भरा सी इन्हां ने उस चीज नूं पिछों टेंपू विच मारदे होए इहनूं लै के आए ने असीं ट्रक दे अगे खलो के कि कुछ उन्हां नूं ना हो जाए इंस्पेक्टर साहब ने अपनी गड्डी लाई असीं उन्हां नूं वीनो गड्डी सीगी हवेली तों मगर सज्जन लगे ने इन्हां सज्जनां ने पिछा करके पठानकोट चौंक च इहनूं मतलब कहिंदा रोकिया आ ਡਰਾਈਵਰ ਸਾਹਿਬ ਡਿਵੀਜ਼ਨ ਨੰਬਰ 8 ਤੇ ਉਹਦੀ ਦੇ ਸਕਦੇ ਹੋ ਕਿੱਥੇ ਡਰਾਈਵਰ ਮੈਂ ਮਾਲ ਦੇਖਣਾ ਭਾਜੀ ਇੱਥੇ ਵੀਡੀਓ ਬਣਾਓ ਯਾਰ ਇੱਥੇ ਵਲੌਗ ਜੀ ਮਾਲ ਦੇਖਣਾ ਆ ਦੇਖੋ ਭਾਜੀ ਮਾੜਾ ਪਿੱਛੇ ਹੋ ਜਾਓ ਭਾਈ ਜੀ ਚੈਨਲ 'ਚ ਲਾਈਵ ਚੱਲਦੇ ਪਏ ਦੇਖਿਓ ਇਹਦਾ ਦੇਖੀ ਮਾੜਾ 5 ਮਿੰਟ ਨਹੀਂ ਭਾਈ ਕਰੋ ਕਰੋ ਆਪਣਾ ਬਾਸ ਆ ਜੀ ਦੇਖੋ 5 ਮਿੰਟ ਦੋ 5 ਮਿੰਟ ਦੋ 5 ਮਿੰਟ ਚਰਬੀ ਆ ਭਾਈ ਸਾਰੀ ਦੇ ਆਪਾਂ ਹੁਣੇ ਵੈਰੀਫਾਈ ਬਾਸ ਆ ਲਗਾਣਾ ਪ੍ਰਧਾਨ ਲਗਾਇਆ ਗਲਤ ਚੀਜ਼ ਹੋਈ दे लो भाजी की गलत काम कर रहे हैं भाजी के नाम भाजी लालो फिर नीचे मेरा नाम मैं गोरा ਬਜੰਗਲ ਤੋਂ ਭਾਜੀ ਹਾਂਜੀ ਹਾਂਜੀ ਕਿੱਥੋਂ ਫੜਿਆ ਗੋਰਾ ਜੀ ਟਰੱਕ ਜਿਹੜਾ ਅੱਜ ਭਾਜੀ ਪਠਾਨਕੋਟ ਬਾਈਪਾਸ ਤੋਂ ਕਿੱਥੋਂ ਆ ਕਿੱਥੋਂ ਰਿਆ ਸੀ ਸਾਰਾ ਪਾਣੀਪਤ ਪਾਣੀਪਤ ਤੋਂ ਪਾਣੀਪਤ ਤੋਂ ਆ ਹਿੰਦੂ ਕਿਸੀ ਤੇ ਰਾਹ ਦੇ ਵਿੱਚ ਭਾਜੀ ਨੇ ਨਾਕੇ ਹੁੰਦੇ ਪੁਲਿਸ ਨੇ ਚੈੱਕ ਨਹੀਂ ਕੀਤਾ ਹੁਣ ਭਾਜੀ ਉਹ ਕਹਿੰਦੇ ਪੁੱਛ ਨਹੀਂ ਹੁੰਦਾ ਭਾਜੀ ਹਵੇਲੀ ਦੇ ਕੋਲ ਮੈਂ ਗੱਡੀ ਲੈ ਕੇ ਗਿਆ
ਹਵੇਲੀ ਦੇ ਕੋਲ ਟੈਂਪੂ ਨੂੰ ਟੱਕਰ ਮਾਰ ਕੇ ਆਇਆ ਹੈ ਅੱਛਾ ਇਹ ਬੰਦਾ ਟੱਕਰ ਮਾਰ ਗਿਆ ਹੈ ਅਸੀਂ ਇਹਦੇ ਪਿੱਛੇ ਭਾਈ ਪਿੱਛੇ ਲੋ ਅੱਗੇ ਪਹਿਲਾਂ ਵੀ ਫਾਇਰਿੰਗ ਹੋਈ ਹੈ ਕੋਈ ਇੱਜ਼ਤ ਨਹੀਂ ਕਰਦਾ ਇਹ ਸੀਗਾ ਭਾਈ ਪਿੱਛੇ ਦੀ ਭਾਈ ਨੂੰ ਕਹਿੰਦਾ ਹੁਣ ਆ ਅੱਗੇ ਆਗੋ ਮੋਤ ਫੜੇ 4 ਵਜੇ ਦਾ ਟਰੱਕ ਪਾਣੀ ਬਾਥੂ ਗੱਲ ਕਰ ਕੇ ਭਾਈ ਹਵੇਲੀ ਦੇ ਕੋਲ ਟੈਂਪੂ ਮਾਰੇ ਭਾਈ ਇੱਕ ਇੱਕ ਕਰਕੇ ਜੀ 1 ਮਿੰਟ ਰੁਕਿਓ 4 ਵਜੇ ਦਾ ਟਰੱਕ ਪਾਣੀ ਬਾਥੂ ਚੱਲਿਆ ਕਿੰਨੇ ਪੁਲਿਸ ਦੇ ਨਾਕੇ ਲੱਗੇ ਰਸਤੇ ਦੇ ਵਿੱਚ ਅੱਛਾ ਜੀ ਠੀਕ ਆ ਇਹ ਚੀਜ਼ ਕਿਸੇ ਨੂੰ ਨਜ਼ਰ ਨਹੀਂ ਆਈ ਹੈਗੀ ਜੀ ਜੀ ਸਾਨੂੰ ਬੰਦੇ ਤੋਂ ਫੋਨ ਆਇਆ ਕਿ ਭਾਜੀ ਟੋਲ ਪਲਾਜ਼ਾ ਪਾਰ ਕਰ ਗਿਆ ਟਰੱਕ ਮੱਛੀ ਸੀ ਠੀਕ ਹੈ ਜੀ ਉਹਨੇ ਸਾਨੂੰ ਦੱਸਤਾ ਕਿ ਭਾਜੀ ਮੈਂ ਇਕੱਲਾ ਬੰਦਾ ਵਾਂ ਭਰੋਸੇ ਦੇ ਬੰਦਾ ਸਾਡੇ ਨਾਲ ਮਗਰ ਉਹ ਬੰਦੇ ਦੀ ਹਿੰਮਤ ਦੇਖ ਲਓ ਐਕਟਿਵਾ ਦੇ ਉੱਤੇ ਬੰਦਾ ਕਿੱਥੋਂ ਮਗਰ ਲੱਗਾ ਆ ਤੇ ਉਹ ਬੰਦਾ ਸਾਡੇ ਨਾਲ ਉੱਥੇ ਪਹੁੰਚ ਗਿਆ ਬੰਦਾ ਜੀ ਜੀ ਟਰੱਕ ਦੇ ਮਗਰ ਮਗਰ ਸੀਗਾ ਜਿੰਨੇ ਸਾਨੂੰ ਪੂਰੀ ਇਨਫੋਰਮੇਸ਼ਨ ਦਿੱਤੀ ਆ ਇਹ ਦੇਖੋ ਗਾਂ ਮਾਸ ਹੈਗਾ ਵਾ ਆਪਾਂ ਪੁਲਿਸਾਂ ਦੇ ਨਾਲ ਸਾਡੇ ਹੈਗੇ ਇਸ ਪੁਲਿਸਾਂ ਨੇ ਪੂਰੀ ਸਾਡੀ ਮਦਦ ਕੀਤੀ ਪੁਲਿਸ ਨੇ ਪੂਰੀ ਮਦਦ ਕੀਤੀ ਠੋਕ ਕੇ ਮਦਦ ਕੀਤੀ ਆ ਜੀ ਪੰਜਾਬ ਪੁਲਿਸ ਜਿੰਦਾਬਾਦ ਪੰਜਾਬ ਪੁਲਿਸ ਜਿੰਦਾਬਾਦ ਆਪਾਂ ਦੇਖੋ ਇਹ ਸਾਨੂੰ ਸਹਿਯੋਗ ਕਰ ਰਹੇ ਨੇ ਅਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਾਂਗੇ ਠੀਕ ਹੈ ਨਾ ਗੱਲ ਪੰਜਾਬ ਪੁਲਿਸ ਜਿੰਦਾਬਾਦ ਪੰਜਾਬ ਪੁਲਿਸ ਜਿੰਦਾਬਾਦ ਜੈ ਸ਼੍ਰੀ ਰਾਮ 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 ਅਭਿਮਨੂ ਜੀ 2 ਮਿੰਟ ਰਹੋ ਮੇਰੇ ਵੀਰ ਆਪਾਂ ਕੋਈ ਇਦਾਂ ਦੀ ਹੁਣ ਕੋਈ ਹਰਕਤ ਨਹੀਂ ਕਰਨੀ ਹੈਗੀ ਠੀਕ ਹੈ ਸਾਡੇ ਵੱਡੇ ਅਧਿਕਾਰੀ ਸਾਰੇ ਆ ਰਹੇ ਆ ਸਾਡੇ ਪ੍ਰਮੋਦ ਗੋਰਾ ਭਾਈ ਗੋਰਾ ਭਾਈ ਮੇਰਾ ਗੱਲ ਤਾਂ ਸੁਣ ਲਿਓ ਰੂਦਰ ਸੈਨਾ ਸੰਗਠਨ ਮੋਹੀ ਪਾਣੀ ਪੱਤੋਂ ਲਿਆ ਕੇ ਤੇ ਗਾਂ ਕਿੱਥੇ ਜਾਣਾ ਸੀਗਾ ਸਾਰਾ ਗਾਂ ਇਹ ਭਾਜੀ ਸ਼੍ਰੀਨਗਰ ਸ਼੍ਰੀਨਗਰ ਸਾਰਾ ਕਿੰਨੇ ਬੰਦੇ ਫੜੇ ਜੀ ਹੁਣ ਟਰੱਕ ਦੇ ਵਿੱਚ 3 ਬੰਦੇ ਫਿਲਹਾਲ ਭਾਜੀ ਆਪਾਂ ਨੂੰ ਲੱਭੇ ਭਾਜੀ ਬਾਹਰ ਆ ਜਾ ਰਿਹਾ ਬਾਹਰ ਆ ਜਾ ਦੇਖੀ ਮੇਰਾ ਵੀ ਬੰਦੇ ਬਾਹਰ ਕਿੱਦਾਂ ਜਾਣੇ ਆ ਭਾਜੀ ਡਾਂਗਾ ਨਾ ਕੁੜੇ ਦੇ ਅੰਦਰ ਲੈ ਕੇ ਜਾਣੇ ਭਾਜੀ ਜਿਹਦਾ ਐਸ ਐਚ ਓ 7 ਨੇ ਕੁੱਟੇ ਨਾ ਭਾਈ ਬੰਦੇ ਕੋਲ ਕਿੰਨੇ ਬੰਦਿਆਂ ਨੂੰ ਤੁਸੀਂ
ਕਹਿੰਦੇ ਜੀ ਆਪਣੇ ਰਸਟ ਵਿੱਚ ਹਲੇ ਸਾਨੂੰ ਮੇਰੀ ਕੰਪਲੇਂਟ ਲੈ ਕੇ ਉਸ ਤੋਂ ਬਾਅਦ ਪਰਚਾ ਦਰਜ ਕਰਕੇ ਵੈਰੀਫਾਈ ਕਰਾਂਗੇ ਯਾਨੀ ਕਿ ਹਜੇ ਕੋਈ ਤੁਸੀਂ ਰਾਊਂਡ ਅਪ ਕਿੰਨੇ ਕਿੰਨੇ ਬੰਦੇ ਹਲੇ ਤੱਕ ਜਿਹੜੇ ਟਰੱਕ 'ਚ ਡਰਾਈਵਰ ਸੀਗਾ ਉਹ ਰਾਊਂਡ ਅਪ ਹੋ ਗਿਆ ਕਿੰਨੇ ਲੋਕ ਨੇ ਮੈਨੂੰ ਵੈਰੀਫਾਈ ਕਰਨ ਤੋਂ ਮੈਂ ਤੁਹਾਨੂੰ ਪਤਾ ਨਹੀਂ ਜਿੰਨੀ ਸਮ ਟਾਈਮ ਮੈਂ ਓਕੇ 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 ਮੀਡੀਆ ਪੂਰਾ ਬਰੀਫ ਕੀਤਾ ਜਾਊਗਾ ਡਨ ਪਹਿਲਾਂ ਸਾਨੂੰ ਇਹਨਾਂ ਦੀ ਕੰਪਲੇਂਟ ਵੀ ਲੈ ਲੈਣੀ ਠੀਕ ਹੈ